लो नादरीन पहला ही सवाल तो पहला ही था अस्सलाम वालेकुम। वालेकुम अस्सलाम। पहला सवाल तुहाडे कोहिनूर लो के तुसी की करदे जे? सारा दिन बत्ती आउण दा इंतजार। कटिंग मेरे भरा ने किस नाई दे कोलों कराई है? किसे को भी नहीं, मैं आप की थी। ओ किस तरह? साडे घर घा कटण वाली मशीन आ, ओदे विच मैं सिर दे दिता, फिर हो गई। नहीं नहीं स्टाइल अच्छा वैसे। अच्छा ये दस भी गुलाब दा फुल मशूक नु किस मौके ते देईदा? सोच ला कोई जरा जेंदड़ा। फौतगी ते मशूक नू फुल फड़ा दियो, किसे दा कोई मर गया कोई रोन दिया उहदी कोई टेंशन नहीं। बाकी इहनां कोलों भी पुछदे आ कि की हिसाब किताब हुंदा फुल दा, ओह कहिंदे बड़ी मेहरबानी गर्लफ्रेंड नू गुलाब दा फुल जिहड़ा किस मौके ते देईदा? हर उस मौके ते जदों मौका मिल जाए उसे टाइम दे देना चाहिए। जे फड़िया गया कदी? हाले कल फड़िया गया, कटिंग नहीं वेख रहे मेरी, उन्होंने की थी ते फुल भी खो लिया। नहीं यार तुहानू लभदा की मतलब कुड़ियां दे मगर देखना, मैं जलील भी होना ते टिंडा भी करवा लेनियां ते पर चस भी आ जांदा ई। डर नहीं लगदा तुहानू? आशक किसी दौर में नहीं डरे भाई। अच्छा तुसी नहीं डरदे किसे को? लो नादरीन सुन लो, अपने अबू दा नंबर दई जरा, एक मिनट जल्दी करी जरा। 0300 बस। लो कहना मैं डरदा नहीं, अबू तो अलावा गल कर। लो नादरीन ए ने अजकल तो सच्चे आशक, प्यो दा नंबर मंगिया ते नाल ही तबीयत जिहड़ी सैट हो गई। केड़े स्कूल च पढ़दा? मैं मकतबाए इश्क। ਤੁਸੀਂ ਵੀ ਉੱਥੇ ਹੀ ਪੜ੍ਹਿਆ ਨਾ, ਮੈਂ ਦੇਖਿਆ ਤੁਹਾਨੂੰ ਉੱਥੇ। ਚਲੋ ਜੀ ਬਹੁਤ ਸ਼ੁਕਰੀਆ। ਅਸਲਾਮ ਵਾਲੇਕਮ ਬਾਜੀ, ਤੁਹਾਡਾ ਨਾਮ? ਵਾਲੇਕਮ ਸਲਾਮ, ਮੇਰਾ ਨਾਮ ਹੈ ਨੰਨੀ। ਤੁਹਾਨੂੰ ਕਦੀ ਕਿਸੇ ਲੜਕੇ ਨੇ ਜੀ ਗੁਲਾਬ ਦਾ ਫੁੱਲ ਦਿੱਤਾ? ਪਰਸੋਂ ਇੱਕ ਮੁੰਡੇ ਨੇ ਮੈਨੂੰ ਗੁਲਾਬ ਦਾ ਫੁੱਲ ਦੇਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਭਰਾ ਨੇ ਉਹਨੂੰ ਕਾਫੀ ਕੁੱਟਿਆ ਹੋਣਾ। ਹਾਂਜੀ ਉਹਦੇ ਮੂੰਹ ਤੇ ਕਾਫੀ ਗੁਲਾਬ ਦੇ ਫੁੱਲ ਪਾ ਤੇ। ਤੁਹਾਡੇ ਹਿਸਾਬ ਨਾਲ ਅੱਜ ਕੱਲ ਦਾ ਇਸ਼ਕ ਜਿਹੜਾ ਕੀ ਹੈ? ਬੈਲੈਂਸ ਕਰਵਾਉਣ ਦੇ ਬਹਾਨੇ ਨੇ। ਤੁਹਾਡੇ ਹਿਸਾਬ ਦੇ ਨਾਲ ਇਸ ਦੌਰ ਦੇ ਵਿੱਚ ਇੱਕ ਲੜਕੀ ਜਾਂ ਲੜਕੇ ਨੂੰ ਹੱਦ ਮਤਲਬ ਕਿੰਨੀ ਕੁ ਤਲੀਮ ਹਾਸਲ ਕਰਨੀ ਚਾਹੀਦੀ, ਕਿੰਨੀਆਂ ਕੁ ਜਮਾਤਾਂ ਪੜ੍ਹਨੀਆਂ ਚਾਹੀਦੀਆਂ? ਬਸ ਇੰਨਾ ਕੁ ਪੜ੍ਹ ਲਓ ਜਿੰਨਾ ਮੈਸੇਜ ਪੜ੍ਹਨਾ ਆ ਜੇ। ਲਓ ਨਾਜ਼ਰੀਨ ਇਹ ਕੀ ਗੱਲ ਹੋਈ, ਮੈਂ ਤਰੱਕੀ ਦੀ ਗੱਲ ਕਰ ਰਿਹਾ। ਜਦੋਂ ਮੈਸੇਜ ਪੜ੍ਹਨਾ ਆ ਜੇ ਫਿਰ ਅੰਦਰ ਲਿਖਿਆ ਹੁੰਦਾ ਨਾ ਵੀ 300 ਭੇਜ ਦਿਓ ਤੇ ਫਿਰ ਅਗਲੇ ਦੀ ਤਰੱਕੀ ਹੋ ਹੀ ਜਾਂਦੀ। ਲਓ ਜੀ ਇਹ ਗੱਲ ਅੱਗੇ ਨਹੀਂ ਤੁਰਨੀ। ਓਕੇ ਜੀ ਨਾਜ਼ਰੀਨ ਆਓ ਹੁਣ ਕੋਈ ਸੁਲਝਿਆ ਜਿਹਾ ਬੰਦਾ ਲੱਭਦੇ। ਤੁਹਾਨੂੰ ਕਦੀ ਕਿਸੇ ਨੇ ਗੁਲਾਬ ਦਾ ਫੁੱਲ ਦੇਣ ਦੀ ਕੋਸ਼ਿਸ਼ ਕੀਤੀ? ਗੁਲਾਬ ਕੇ ਫੁੱਲ ਸੇ ਕੁਛ ਵੀ ਨਹੀਂ ਹੋਤਾ ਭਈਆ, ਗੁਲਾਬ ਕਾ ਫੁੱਲ ਤੋ ਬਹੁਤ ਪੁਰਾਣਾ ਹੋ ਗਿਆ ਹੈ। ਤੇ ਨਵਾਂ ਕੀ ਹੈ? ਕੋਈ ਅੱਛਾ ਸਾ ਮਹਿੰਗਾ ਸਾ ਮੋਬਾਈਲ? ਨਹੀਂ ਤੇ ਕਈ ਮੇਰੇ ਵਰਗੇ ਗਰੀਬ ਵੀ ਹੁੰਦੇ ਆ ਜਿਹੜੇ ਯਾਰ ਦੋਸਤ ਦਾ ਹੀ ਮੋਬਾਈਲ ਮਤਲਬ ਇੱਧਰ ਉੱਧਰ ਕਰਕੇ ਯੂਜ਼ ਕਰਦੇ। ਤੋ ਨਾ ਦੋਸਤੀ ਕਰੇ ਨਾ? ਨਹੀਂ ਉਹਨਾਂ ਦੇ ਵੀ ਤੇ ਜਜ਼ਬਾਤ ਹੁੰਦੇ ਆ ਨਾ। ਲਓ ਜੀ ਆਪ ਤੋ ਬਹੁਤ ਟੇੜੇ ਮੇੜੇ ਸਵਾਲ ਕਰਨ ਲੱਗ ਪਏ ਹੈ। ਹਕੀਕਤ ਇਹ ਹੈ ਕਿ ਮਾਂ ਬਾਪ ਕੀ ਇੱਜ਼ਤ ਕਾ ਖਿਆਲ ਰੱਖਣਾ ਚਾਹੀਏ। ਲੋ ਗੱਲ ਪਲਟਦੀ ਵੇਖਣਾ ਹੁਣ। ਕਿਉਂ ਪਲਟੇਗੀ ਜੀ ਬਾਤ, ਮੈਂ ਜੋ ਕਹਿ ਰਹੀ ਹਾਂ ਬਿਲਕੁਲ ਸਹੀ ਕਹਿ ਰਹੀ ਹਾਂ, ਔਰ ਕੀ। ਅੱਛਾ ਇਹ ਦੱਸੋ ਇਸ ਦੌਰ ਦੇ ਵਿੱਚ ਪੜ੍ਹਾਈ ਕਿੰਨੀ ਕੁ ਅਹਿਮ ਆ, ਕਿੰਨੀ ਕੁ ਤਾਲੀਮ ਹਾਸਲ ਕਰਨੀ ਚਾਹੀਦੀ? ਅੱਜ ਕੱਲ੍ਹ ਕਾਲਜਿਸ ਕੇ ਹਾਲਾਤ ਬਹੁਤ ਖਰਾਬ ਹੈ, ਲੜਕੀ ਘਰ ਸੇ ਤਾਲੀਮ ਹਾਸਲ ਕਰਨੇ ਜਾਤੀ ਔਰ ਵਹਾਂ ਜਾ ਕੇ ਸਲੀਮ ਹਾਸਲ ਕਰ ਲੈਂਦੀ ਹੈ। ਨਹੀਂ ਕਈ ਮੇਰੇ ਵਰਗੀਆਂ ਜਾਂਦੀਆਂ ਨੇ ਸਿਰਫ ਆਪਣੀ ਪੜ੍ਹਾਈ ਵੱਲ ਧਿਆਨ ਰੱਖਦੀਆਂ ਨੇ, ਕੋਈ ਐਸੀ ਗੱਲ ਨਹੀਂ। ਮਤਲਬ ਕਿ ਅਛਾਈ ਬੁਰਾਈ ਹਰ ਜਗ੍ਹਾ ਤੇ ਹੁੰਦੀ। ਨਾਜ਼ਰੀਨ ਨੂੰ ਕੋਈ ਪੈਗਾਮ? ਬਸ ਮੇਰਾ ਸਾਰਿਆਂ ਨੂੰ ਸਲਾਮ। ਵਾਹ ਕਿੰਨੇ ਸੋਹਣੇ ਵਿਚਾਰ ਨੇ ਨਾਜ਼ਰੀਨ। ਓਕੇ ਜੀ ਕਸਮ ਖਾ ਜੋ ਕਵਾਂਗੀ ਸੱਚ ਕਵਾਂਗੀ। ਸੱਚ ਪੱਕੀ ਗੱਲ ਨਾ। ਲਓ ਨਾਜ਼ਰੀਨ ਇਹਨਾਂ ਦੇ ਕੋਲੋਂ ਕੋਈ ਐਸਾ ਸਵਾਲ ਕਰਦੇ ਆ ਵੀ ਜਿਹੜਾ ਇਹ ਨਾ ਤੁਸੀਂ ਇਹ ਦੱਸੋ ਕਾਸ਼ਫ ਸਾਹਿਬ ਕਿ ਔਰਤਾਂ ਨੂੰ ਜਦੋਂ ਉਹਨਾਂ ਦੀ ਉਮਰ ਪੁੱਛੀ ਜਾਂਦੀ ਆ ਤੇ ਉਹ ਆਪਣੀ ਉਮਰ ਲੁਕਾਉਂਦੀਆਂ ਕਿਉਂ ਨੇ? ਉਮਰ ਲੁਕਾਉਣ ਦੇ ਨਾਲ ਤੁਹਾਨੂੰ ਕੀ ਫਾਇਦਾ ਹੁੰਦਾ ਜ਼ਰਾ ਇਹ ਤੇ ਦੱਸੋ ਅੱਜ ਨਾਜ਼ਰੀਨ ਨੂੰ। ਅਸਲ 'ਚ ਮੇਰਾ ਇੱਕ ਭਰਾ ਵਾ ਉਮਰ, ਇੱਕ ਵਾਰੀ ਨੂੰ ਪੁਲਿਸ ਫੜਨ ਆਈ, ਮੇਰੀ ਅੰਮੀ ਨੇ ਕਿਹਾ ਕਿ ਉਮਰ ਲੁਕਾ ਲਾ, ਮੈਂ ਉਹਨੂੰ ਲੁਕਾ ਤਾ ਤੇ ਕੈਸੀ ਗੱਲ ਆ, ਪੁਲਿਸ ਨੂੰ ਲੱਭਾ ਹੀ ਨਹੀਂ। ਤੁਹਾਨੂੰ ਕਦੀ ਕਿਸੇ ਨੇ ਗੁਲਾਬ ਦਾ ਫੁੱਲ ਦਿੱਤਾ? ਅਫਸੋਸ। ਕਿੰਨੇ ਦਿੱਤਾ ਦੱਸੋ ਹਾਂ ਜ਼ਰਾ? ਇਹ ਜਿਹੜੇ ਫੁੱਲ ਵੇਚਦੇ ਉਹਨਾਂ ਨੇ, ਇਹ ਬਾਹਰ ਫੁੱਲਾਂ ਵਾਲੀ ਦੁਕਾਨ ਉਹਦੇ ਕੋਲ 15 ਰੁਪਏ ਦਿਓ ਤੇ ਫੁੱਲ ਲੈ ਲਓ, ਤੇ ਬਾਹਰ ਸੜਕ ਤੇ ਖਲੋ ਕੇ 20 ਦਾ ਵੇਚ ਲਓ, ਫੁੱਲ ਵੀ ਤੇ ਬਿਜ਼ਨਸ ਵੀ। ਆ ਹਾ ਹਾ, ਯਾਨੀ ਕਿ ਨਾਜ਼ਰੀਨ ਫੂਲ ਆਹਿਸਤਾ ਭੈਂਕੋ, ਫੂਲ ਬੜੇ ਨਾਜ਼ੁਕ ਹੋਤੇ ਹੈ, ਲੋਕ ਕਹਤੇ ਹੈ ਜਿਸੇ ਸ਼ਬਨਮ ਫੂਲ ਕੇ ਆਂਸੂ ਹੋਤੇ ਹੈ। ਔਰ ਕੁਆਲੀਫਿਕੇਸ਼ਨ ਕਿੰਨੀ? ਨਹੀਂ ਸ਼ਾਦੀ ਦਾ ਹਲੇ ਮੇਰਾ ਕੋਈ ਪ੍ਰੋਗਰਾਮ ਨਹੀਂ। ਲਓ ਮੈਂ ਪੜ੍ਹਾਈ ਪੁੱਛੀ। ਅੱਛਾ ਮੈਂ ਭੁੱਲ ਗਈ। ਲਓ ਨਾਦਰਿਨ ਇਹ ਦਿਓ ਹਿਸਾਬ ਹੋ ਗਿਆ ਕਿ ਵੀ ਤੁਸੀਂ ਸਾਨੂੰ ਦਾਲ ਨਹੀਂ ਦਿੱਤੀ ਤੇ ਅਸੀਂ ਨੰਗੇ ਪੈਰੀ ਫਿਰਨੇ। ਤੁਸੀਂ ਇਹ ਦੱਸੋ ਬਈ ਇਸ ਪੂਰੀ ਦੁਨੀਆ ਦੇ ਵਿੱਚ ਦੱਸੋ ਕਿਹੜਾ ਐਸਾ ਮੁਲਕ ਆ ਜਿਹਦੇ ਵਿੱਚ ਤੁਸੀਂ ਬਿਜਲੀ ਦੀਆਂ ਤਾਰਾਂ ਦੇ ਕੱਪੜੇ ਸੁੱਕਣੇ ਪਾ ਸਕਦੇ ਤੇ ਤੁਹਾਨੂੰ ਉਹਦੇ 'ਚੋਂ ਕਰੰਟ ਵੀ ਨਹੀਂ ਪੈਂਦਾ? ਇਹ ਤਾਂ ਤੁਸੀਂ ਬਹੁਤ ਮੁਸ਼ਕਲ ਜਿਹਾ ਸਵਾਲ ਕਰ ਦਿੱਤਾ, ਲੇਕਿਨ ਇਹਦਾ ਜਵਾਬ ਤੇ ਬਹੁਤ ਹੀ ਆਸਾਨ ਜਿਹਾ ਜੀ। ਉਹ ਮੁਲਕ ਹੈਗਾ ਜੀ ਸਾਡਾ ਸੋਹਣਾ ਪਾਕਿਸਤਾਨ। ਓਕੇ ਹੋ ਗਿਆ। ਅੱਲਾ ਇਸ ਮੁਲਕ ਨੂੰ ਨਜ਼ਰੇ ਬਦ ਤੋਂ ਵੀ ਬਚਾਵੇ ਤੇ ਬਦਾਂ ਤੋਂ ਵੀ ਬਚਾਵੇ। ਉਤੋਂ ਆਮ ਦਾ ਹਾਲ ਹੈ ਕਿ ਯੂਪੀਐਸ ਲੈ ਆਉਣੇ ਆ ਤੇ ਜਨਰੇਟਰ ਲੈ ਆਉਣੇ ਆ, ਲੇਕਿਨ ਜਾਗਣਾ ਨਹੀਂ ਬਿਲਕੁਲ ਵੀ। ਸਾਰੀ ਰਾਤ ਗਰਮੀ 'ਚ ਜਾਗੀਦਾ। ਅੱਛਾ ਅੱਛਾ ਅੱਛਾ, ਯੂਪੀਐਸ ਨਹੀਂ ਲਵਾਇਆ ਤੁਸੀਂ ਕੋਈ? ਲਵਾਇਆ ਵਾ।
भी उन्हें चार्ज होना तो उन्हें चलना। लो नादरीन ए नाल ही साडे प्रोग्राम का जिहड़ा वेला वह मुक गया है। यूपीएस हाफिज़।